ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਚੰਡੀਗੜ੍ਹ ਚ ਭਾਜਪਾ ਉਮੀਦਵਾਰਾਂ ਦੇ ਹੱਕ ਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਉਹਨਾਂ ਕਿਹਾ ਕਿ ਪੰਜਾਬ ਚ ਜਿੱਥੇ ਮਾਫੀਆ ਦਾ ਬੋਲਬਾਲ ਹੈ ਉੱਥੇ ਉੱਤਰ ਪ੍ਰਦੇਸ਼ ਅਜਿਹੇ ਅੰਸਰਾ ਤੇ ਪੂਰੀ ਤਰ੍ਹਾਂ ਨਾਲ ਕਾਬੂ ਰੱਖਿਆ ਗਿਆ ਹੈ ਤਾਂ ਜੋ ਸੂਬੇ ਦੇ ਲੋਕ ਅਮਨ ਚੈਨ ਨਾਲ ਆਪਣਾ ਰੋਜ਼ਾਨਾ ਕੰਮਕਾਰ ਕਰ ਸਕਣ ਉਹਨਾਂ ਕਿਹਾ ਕਿ ਆਪ ਅਤੇ ਕਾਂਗਰਸ ਦਾ ਗੱਠਜੋੜ ਲੋਕ ਕਲਿਆਣ ਲਈ ਨਹੀਂ ਸਗੋ ਲੁੱਟ ਖਸੂਟ ਲਈ ਹੋਇਆ ਹੈ